ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪਨੀਤ ਸਿੰਘ ਹੈ ਤੇ ਮੈਂ ਅਜਾਬ ਜੀ ਦੇ ਨਾਲ ਗੁਰੂ ਨਾਨਕ ਦੇਵ ਜੀ ਦੀ ਇੱਕ ਸਾਖੀ ਸਾਂਝਣ ਕਰਨ ਜਾ ਰਿਹਾ ਹਾਂ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਬੜੇ ਜਾਲੂਸਨ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਸ਼੍ਰੀ ਮਹਿਤਾ ਕਾਲੂ ਜੀ ਨੇ ਉਨ੍ਹਾਂ ਨੂੰ ਲੋਕ ਉਨ੍ਹਾਂ ਨੂੰ 20 ਰੁਪਏ ਦਿੱਤੇ ਤੇ ਕਿਹਾ ਕਿ ਸ਼ਹਿਰ ਜਾ ਕੇ ਸੱਚਾ ਸੌਦਾ ਕਰਕੇ ਕਰਕੇ ਆਓ ਤਾਂ ਗੁਰੂ ਨਾਨਕ ਦੇਵ ਜੀ ਸਹਿਰ ਚਲੇ ਗਏ ਰਸਤੇ ਵਿੱਚ ਉਹਨਾਂ ਨੇ ਸਾਧੂਆਂ ਦੀ ਇੱਕ ਟੋਲੀ ਵੇਖੀ ਤੇ ਜਦੋਂ ਉਹ ਆਪ ਜੀ ਆਪ ਜੀ ਜਦੋਂ ਸਾਧੂਆ ਦੇ ਕੋਲ ਗਏ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਸਾਧੂ ਕਈ ਦਿਨਾਂ ਤੋਂ ਭੁੱਖੇ ਹਨ ਤੇ ਤੇ ਗੁਰੂ ਨਾਨਕ ਦੇਵ ਜੀ ਨੇ ਤੁਰੰਤ ਸਾਧੂਆਂ ਨੂੰ ਲੰਗਰ ਪਾਣੀ ਚਕਾਇਆ ਇਹ ਜਦੋਂ ਉਹ ਕਰ ਵਾਪਿਸ ਆਏ ਤਾਂ ਮਹਤਾ ਕਾਲੂ ਜੀ ਨੇ ਪੁੱਛਿਆ ਕਿ 20 ਰੁਪਏ ਜੋ ਦਿੱਤੇ ਸਨ ਉਹਦਾ ਸੱਚਾ ਸੌਦਾ ਕੀ ਕਰਕੇ ਆਏ ਹੋ ਤਾਂ ਆਪ ਜੀ ਨੇ ਕਿਹਾ ਕਿ ਮੈਂ ਉਸਦਾ ਸੱਚਾ ਸੌਦਾ ਕਰਕੇ ਆਏ ਹਾਂ ਤਾਂ ਮਹਤਾ ਕਾਲੂ ਜੀ ਨੇ ਪੁੱਛਿਆ ਕਿ ਸੱਚਾ ਸੌਦਾ ਕਿਤੇ ਹਾਂ ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮੈਂ ਸੱਚਾ ਸੌਦਾ ਕੀਤਾ ਹੈ ਰੰਗਰ ਪਾਣੀ ਚਕਾਇਆ ਹੈ ਮੈਨੇ ਭੁੱਖੇ ਸਾਧੂਆਂ ਨੂੰ ਤਾਂ ਆਪ ਜੀ ਦੇ ਪੇਟਾ ਸ਼੍ਰੀ ਮਹਿਤਾ ਕਾਲੂ ਜੀ ਇਹ ਗੱਲ ਸੁਣ ਕੇ ਬਹੁਤ ਨਰਾਜ਼ ਹੋਏ ਉਹ ਸਿਖਾਉਂਦਾ ਹੈ ਕਿ ਸੱਚਾ ਸੌਦਾ ਉਹੀ ਹੁੰਦਾ ਹੈ ਅਸੀਂ ਜਦੋਂ ਅਸੀਂ ਕਿਸੇ ਇਨਸਾਨ ਦੀ ਮਦਦ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤ